ਲੱਗਦਾ ਇਹਦਾ ਨਾ ਬਹੂ ਦਾ ਕੋਈ ਹੱਲ ਕੱਢਣਾ ਪਊ। ਮੰਮੀ ਤੁਸੀਂ ਚਾਹੇ ਜੋ ਮਰਜ਼ੀ ਕਹਿ ਲਓ ਪਰ ਨਾ ਤੁਹਾਨੂੰ ਲੋਕਾਂ ਨਾਲੋਂ ਵੱਧ ਆਪਣੇ ਘਰ ਦਾ ਸੋਚਣਾ ਚਾਹੀਦਾ ਵੀ ਬੱਚੇ ਤੁਹਾਡੇ ਇਸ ਟਾਈਮ ਔਖੇ ਨੇ। तू मेरा पुत है, मेरा जो भी समान है, जो भी पैसा तेला सब को तेरा ही है। चलो प्रधान जी, मेरे वालों पखे पक्के, पांच पखे गुरुद्वारे, पांच पखे धर्मशाला च, उन्होंने उत्ते मेरा नाम जरूर लिखायो। धन कौर ने सेवा करवाई, पैसे चाहे तुसी हुण मंगा लो जा जदों मर्जी, धर्म कर्म दे कम्मा दो, धन कौर कदे पिछे नहीं हटी, थानू पता मेरा। चंगा प्रधान जी। एक गल करनी सी। हाँ जी बोलो। हाथ ना इन्ना दिन च बहुत औखा होया पिया, पैसे पैसे वालों बस पुछो ना की हाल है। कमेटी भाई वह चलिया गया, नुकसान तो नुकसान हो ही जाता, हूँ तो बहुत औखा होया पिया। बस तू इदा कर 10,000 रुपया दे दे, औखा टाइम निकल जाऊ। 10,000? काका तेरा दिमाग सही है, मेरे को इन्ने पैसे कितने? मम्मी इदा क्यों कहने, थोड़े को पैसे की कमी है? मेरे को गाह मिलना चल रही ने। ਇਦਾਂ ਕਰ ਬੇਬੇ ਤੂੰ 10,000 ਰੁਪਇਆ ਧਾਰਾ ਦੇ ਦੇ, 2 ਮਹੀਨੇ ਨੂੰ ਵਾਪਸ ਕਰ ਦਾਂਗੇ। ਨਾ ਬਾਬਾ ਨਾ, ਮੇਰੇ ਕੋਈ ਪੈਸਾ ਨਹੀਂ ਹੈਗਾ। ਮੰਮੀ ਜਦੋਂ ਕੋਈ ਧਾਰਮਿਕ ਕੰਮ ਹੁੰਦਾ ਆ ਉਦੋਂ ਤਾਂ ਤੁਸੀਂ ਵੱਧ ਚੜ ਕੇ ਪੈਸੇ ਲਟਾਉਨੇ ਹੋ, ਘਰ ਬਾਰੇ ਨਹੀਂ ਤੁਸੀਂ ਕੁਝ ਸੋਚ ਸਕਦੇ? ਨਾ ਤੂੰ ਹੁਣ ਮੇਰੇ ਧਰਮ ਕਰਮ ਕੰਮਾਂ ਦੇ ਉੱਤੇ ਵੀ ਨਿਗਾਹ ਰੱਖੀ ਬੈਠੀ ਆ। ਅੱਜ ਤੱਕ ਮੈਨੂੰ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ, ਆ ਤੂੰ ਅਨੋਖੀ ਜੰਮ ਪਈ ਆ, ਆਪਦੀ ਔਕਾਤ 'ਚ ਰਹਿ। ਓਹੋ ਬੇਬੇ, ਇਹ 'ਚ ਕਿਹੜੀ ਗੱਲ ਗੁੱਸੇ ਵਾਲੀ ਕਿਹੜੀ ਆ ਗਈ ਜਾਂ ਔਕਾਤ ਵਾਲੀ ਕਿਹੜੀ ਗੱਲ ਹੋ ਗਈ? ਉਹ ਅਸੀਂ ਇਹੀ ਕਹਿੰਦੇ ਆ ਧਾਰ ਦੇ ਦੇ, ਔਖਾ ਟਾਈਮ ਆਪਣਾ ਨਿਕਲ ਜੂ, ਵਾਪਸ ਕਰ ਦਾਂਗੇ ਤੈਨੂੰ। ਮੇਰੇ ਕੋਲ ਹੈ ਨਹੀਂ ਬਾਬਾ ਪੈਸੇ। ਮੰਮੀ ਤੁਸੀਂ ਚਾਹੇ ਜੋ ਮਰਜ਼ੀ ਕਹਿ ਲਓ ਪਰ ਨਾ ਤੁਹਾਨੂੰ ਲੋਕਾਂ ਨਾਲੋਂ ਵੱਧ ਆਪਣੇ ਘਰ ਦਾ ਸੋਚਣਾ ਚਾਹੀਦਾ ਵੀ ਬੱਚੇ ਤੁਹਾਡੇ ਇਸ ਟਾਈਮ ਔਖੇ ਨੇ। ਬਾਕੀ ਤੁਹਾਡੀ ਮਰਜ਼ੀ ਆ, ਤੁਸੀਂ ਜੋ ਮਰਜ਼ੀ ਕਰੋ, ਅਸੀਂ ਹੋਰ ਤੁਹਾਨੂੰ ਕੁਝ ਕਹਿ ਵੀ ਨਹੀਂ ਸਕਦੇ। ਚਲੋ ਆਪਾਂ ਚੱਲਦੇ ਆਂ। ਚਲੋ ਜਿਵੇਂ ਬੇਬੇ ਤੇਰੀ ਮਰਜ਼ੀ। ਲੱਗਦਾ ਇਹਦਾ ਨਾ ਬਹੂ ਦਾ ਕੋਈ ਹੱਲ ਕੱਢਣਾ ਪਊ। ਤੂੰ ਸਹੀ ਜਗ੍ਹਾ ਪਹੁੰਚੀ ਐ ਭਗਤਣੀਏ, ਨੂੰ ਤਾਂ ਤੇਰੀ ਤੇਰੇ ਮਗਰ ਇਦਾਂ ਫਿਰੂਗੀ ਜਿਵੇਂ ਬੱਕਰੀ ਦੇ ਮਗਰ ਲੀਲਾ ਫਿਰਦਾ ਹੁੰਦਾ। ਘਬਰਾ ਨਾ, ਬਸ ਇਹਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਇਹ ਆਉਂਦੀ ਹੈ ਕਿ ਤੇਰਾ ਖਰਚਾ ਹੋਊਗਾ। ਬਾਬਾ ਜੀ ਪੈਸਿਆਂ ਦੀ ਟੈਨਸ਼ਨ ਨਾ ਲਓ, ਤੁਸੀਂ ਜਿੰਨੇ ਕਹੋਗੇ ਮੈਂ ਦੇ ਦੂੰਗੀ, ਪਰ ਬਹੂ ਮੇਰੇ ਕਹਿਣ 'ਚ ਚੱਲਣੀ ਚਾਹੀਦੀ ਆ। ਬਸ ਵਿੱਚ ਕਮਾਲ ਦੀ ਗੱਲ ਹੈ, ਓਏ ਨੂੰ ਤਾਂ ਤੇਰੇ ਮਗਰ ਭਮੀਰੀ ਵਾਂਗੂ ਘੁੰਮਦੀ ਫਿਰੂ। ਸਾਨੂੰ ਨਾ 10,000 ਰੁਪਇਆ ਦੇ ਦੇ। ਤੁਸੀਂ 10 ਦੀ ਥਾਂ ਤੇ 11,000 ਲਓ, ਪਰ ਕੰਮ ਮੇਰਾ ਪੂਰਾ ਹੋਣਾ ਚਾਹੀਦਾ, ਨੌ ਮੇਰੀ ਬੱਸ 'ਚ ਹੋਣੀ ਚਾਹੀਦੀ ਆ। ਮੰਮੀ ਨੌ ਤਾਂ ਤੇਰੀ ਪਹਿਲਾਂ ਹੀ ਬੱਸ 'ਚ ਸੀਗੀ, ਪਰ ਨਾ ਤੂੰ ਮਾਂ ਬਣ ਕੇ ਪਛਾਣ ਨਹੀਂ ਸਕੀ ਕਿਉਂਕਿ ਤੇਰੇ ਤਾਂ ਅੱਖਾਂ 'ਤੇ ਆਹ ਪੈਸੇ ਵਾਲਾ ਪਰਦਾ ਪਿਆ ਹੋਇਆ ਸੀਗਾ। ਤੂੰ ਆ ਪਖੰਡੀਆਂ ਨੂੰ ਤਾਂ ਦੇ ਦਿੱਤਾ ਪਰ ਤੂੰ ਆਪਦੇ ਨੌ ਪੁੱਤ ਨੂੰ ਨਹੀਂ ਦੇ ਸਕੀ। ਤੈਨੂੰ ਆਪਦੇ ਪੁੱਤ ਦੀ ਮਜਬੂਰੀ ਨਹੀਂ ਦਿਸੀ ਤੇ ਪਖੰਡੀ ਦੇ ਪਖੰਡ ਤੈਨੂੰ ਦਿਸ ਕੇ ਆ ਜਿਹੜਾ ਪੈਸੇ ਇਹਨੂੰ ਫੜਾਉਣ ਲੱਗੀ ਆ। ਇਹਨਾਂ ਸਿਆਣੇ ਬਾਬਿਆਂ ਕੋਲੇ ਜਾਣ ਦੀ ਲੋੜ ਹੀ ਨਹੀਂ ਜੇ ਪਰਿਵਾਰ ਦੇ ਵਿੱਚ ਇੱਕ ਦੂਜੇ ਨਾਲ ਮਿਲਵਰਤ ਕੇ ਰਵੇ, ਇੱਕ ਦੂਜੇ ਦੇ ਦੁੱਖ ਦਰਦ ਮਜਬੂਰੀ ਸਮਝ ਸਕੇ। ਮੰਮੀ ਚਲ ਮੈਂ ਤਾਂ ਬਗਾਨੀ ਸੀ ਪਰ ਇਹ ਤਾਂ ਤੇਰਾ ਆਪਦਾ ਖੂਨ ਸੀ ਨਾ, ਤੂੰ ਇਹਦੀ ਵੀ ਮਜਬੂਰੀ ਨਾ ਸਮਝ ਸਕੀ। ਆ ਬਾਬਿਆਂ ਤੋਂ ਤੈਨੂੰ ਕੁਛ ਨਹੀਂ ਲੱਭਣਾ ਹੈਗਾ ਜੇ ਆਪਦਾ ਪਰਿਵਾਰ ਹੀ ਖੁਸ਼ ਨਾ ਹੋਵੇ। ਅਜਿਹੀਆਂ ਘਟਨਾਵਾਂ ਅਸੀਂ ਬਹੁਤ ਸਾਰੇ ਘਰਾਂ ਦੇ ਵਿੱਚ ਦੇਖ ਸਕਦੇ ਹਾਂ ਜਿੱਥੇ ਬੱਚੇ ਚੰਗੇ ਹੋਣ ਦੇ ਬਾਵਜੂਦ ਹਰ ਕਿਸੇ ਮੁਸੀਬਤ ਵਿੱਚ ਫਸ ਜਾਂਦੇ ਨੇ ਤੇ ਬਜ਼ੁਰਗਾਂ ਤੋਂ ਪੈਸੇ ਮੰਗਦੇ ਨੇ, ਪਰ ਬਜ਼ੁਰਗ ਆਪਣੀ ਹੈਂਕੜਬਾਜ਼ੀ ਤੇ ਧਰਮ ਕਰਮ ਦੇ ਝੂਠੇ ਦਿਖਾਵਿਆਂ ਦੇ ਵਿੱਚ ਪੈ ਕੇ ਉਹਨਾਂ ਦੀ ਮਦਦ ਨਹੀਂ ਕਰਦੇ। ਦਾਨ ਪੁੰਨ ਕਰਨਾ ਕੋਈ ਮਾੜੀ ਗੱਲ ਨਹੀਂ, ਜ਼ਰੂਰ ਕਰੋ, ਪਰ ਜੇ ਉਸ ਤੋਂ ਪਹਿਲਾਂ ਆਪਣੇ ਘਰ ਦੀ ਮੁਸੀਬਤ ਦੇ ਵਿੱਚ ਉਹਨਾਂ ਦੀ ਲੋੜ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦਾ ਸਾਥ ਦਿਓ, ਕਿਉਂਕਿ ਭਵਿੱਖ ਨੂੰ ਬਚਾਉਂਦੇ ਬਚਾਉਂਦੇ ਕਿਤੇ ਆਪਾਂ ਆਪਣੇ ਪਰਿਵਾਰ ਦਾ ਵਰਤਮਾਨ ਨਾ ਨਸ਼ਟ ਕਰ ਦਈਏ। ਭਗਤ ਜਲੋ,
हूँ फिल्म तुहानू किदां दी लगी? इहनू शेयर जरूर कर दिओ।